ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਨਫੋਚ ਤੁਹਾਡਾ ਸਵਾਗਤ ਹੈ ਪੰਜਾਬ ਪੁਲਿਸ ਦਾ ਡਿਸਟ੍ਰਿਕਟ ਲੈਵਲ ਦਾ ਪਲੱਸ 2 ਕੁਆਲਿਫੀਕੇਸ਼ਨ ਸੀ ਜਿਸ ਦੀ ਡਿਸਟ੍ਰਿਕਟ ਅਤੇ ਆਰਮਡ ਰਿਕਰਿਟਰ ਦਾ ਪੇਪਰ ਜਿਹਨਾਂ ਨੇ ਦਿੱਤਾ ਸੀ ਉਸ ਦਾ ਕੌਨਸਟੇਬਲ ਦਾ ਜਿਹੜਾ ਰਿਜ਼ਲਟ ਹੈ ਉਹ ਬਿਲਕੁਲ ਤਿਆਰ ਹੋ ਚੁੱਕਿਆ ਹੈ ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਤੁਹਾਨੂੰ ਅਪਡੇਟ ਦੇ ਰਿਹਾ ਕਿ ਕੌਨਸਟੇਬਲ ਦਾ ਜਿਹੜਾ ਰਿਜ਼ਲਟ ਹੈ ਉਹ ਬਿਲਕੁਲ ਅਪਡੇਟ ਹੋ ਚੁੱਕਿਆ ਹੈ ਨਾਰਮਲਾਈਜੇਸ਼ਨ ਤੋਂ ਬਾਅਦ ਜਿਹੜੇ ਤੁਹਾਡੇ ਫਾਈਨਲ ਨੰਬਰ ਹੈ ਉਹ ਕੰਪਲੀਟ ਜਿਹੜੇ ਰਿਜ਼ਲਟ ਵਿੱਚ ਐਡ ਹੋ ਚੁੱਕੇ ਹਨ ਹੁਣ ਬਹੁਤ ਜਲਦੀ ਹੀ ਜਿਹੜਾ ਇਹ ਰਿਜ਼ਲਟ ਹੈ ਉਹ ਆਫੀਸ਼ੀਅਲ ਸਾਈਟ ਉੱਤੇ ਜਿਹੜਾ ਅਪਲੋਡ ਹੈ ਉਹ ਕਰ ਦਿੱਤਾ ਜਾਵੇਗਾ ਹੁਣ ਇਹ ਇਹ ਨਾ ਪੁੱਛੋ ਕਿ ਇਹ ਰਿਜ਼ਲਟ ਜਿਹੜਾ ਅੱਜ ਅਪਲੋਡ ਹੋਵੇਗਾ ਜਾਂ ਕੱਲ ਨੂੰ ਹੋਵੇਗਾ ਕਿੰਨੇ ਵਜੇ ਹੋਵੇਗਾ ਇਸ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਡਿਪਾਰਟਮੈਂਟ ਉੱਤੇ ਡਿਪੈਂਡ ਕਰਦਾ ਹੈ ਇਹ ਕਦੋਂ ਉਹਨਾਂ ਨੇ ਮਤਲਬ ਕਿ ਅਪਲੋਡ ਕਰਨਾ ਹੈ ਚਾਹੇ ਅੱਜ ਸ਼ਾਮ ਨੂੰ ਕਰ ਦੇਣ ਜਾਂ ਫਿਰ ਕੱਲ ਸਵੇਰੇ ਹੋਵੇ ਜਾਂ ਕੱਲ ਸ਼ਾਮ ਨੂੰ ਹੋਵੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਜਿੰਨਾ ਕ ਅਪਡੇਟ ਸਾਨੂੰ ਮਿਲਿਆ ਸੀ ਉਹ ਤੁਹਾਨੂੰ ਅਸੀਂ ਦੱਸ ਦਿੱਤਾ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਬਸ ਇੰਨਾ ਹੀ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟ ਹੈ ਜਿਹੜੇ ਬਾਰ-ਬਾਰ ਘੰਟੇ ਵਿੱਚ ਤਿੰਨ-ਤਿੰਨ ਚਾਰ-ਚਾਰ ਫੋਨ ਆ ਰਹੇ ਹੈ ਕਿ ਰਿਜ਼ਲਟ ਵਾਰੇ ਦੱਸੋ ਰਿਜ਼ਲਟ ਵਾਰੇ ਦੱਸੋ ਇਸ ਕਰਕੇ ਮੈਂ ਸੋਚਿਆ ਇੱਕ ਵਾਰ ਵੀਡੀਓ ਬਣਾ ਕੇ ਤੁਹਾਨੂੰ ਅਪਡੇਟ ਦੇ ਦਈਏ ਵੈਸੇ ਪਹਿਲਾਂ ਮੈਂ ਸੋਚਿਆ ਸੀ ਕਿ ਰਿਜ਼ਲਟ ਆਉਣ ਤੋਂ ਬਾਅਦ ਹੀ ਵੀਡੀਓ ਬਣਾਵਾਂ ਪਰੰਤੂ ਜਿਹੜੇ ਬਾਰ-ਬਾਰ ਫੋਨ ਕਾਲਸ ਆ ਰਹੇ ਹੈ ਸਟੂਡੈਂਟ ਦੇ ਉਹਨਾਂ ਨੂੰ ਸਮਝਾਉਣ ਦੇ ਲਈ ਤਲਾਸ਼ ਦੇਣ ਦੇ ਲਈ ਇਹ ਵੀਡੀਓ ਬਣਾਉਣੀ ਪਈ ਕਿ ਰਿਜ਼ਲਟ ਜਿਹੜਾ ਉਹ ਤਿਆਰ ਤੁਹਾਡਾ ਹੋ ਚੁੱਕਿਆ ਹੈ ਨਾਰਮਲਾਈਜੇਸ਼ਨ ਤੋਂ ਬਾਅਦ ਠੀਕ ਹੈ ਬਹੁਤ ਜਲਦੀ ਇਸ ਬਾਰੇ ਅਪਡੇਟ ਤੁਹਾਨੂੰ ਮਿਲ ਜਾਵੇਗਾ ਰਿਜ਼ ਬਾਕੀ ਰਹੀ ਗੱਲ ਮੇਨ ਕੰਮ ਮੇਨ ਕੰਮ ਤੁਹਾਡਾ ਹੁਣ ਫਿਜ਼ੀਕਲ ਦਾ ਹੈ ਠੀਕ ਹੈ ਫਿਜ਼ੀਕਲ ਹੈ ਜਿਹੜਾ ਜਿਸਨੇ ਮੇਨ ਰੋਲ ਜਿਹੜਾ ਤੁਹਾਡਾ ਪਲੇ ਕਰਨਾ ਹੈ ਠੀਕ ਹੈ ਕਿਉਂਕਿ ਸਟੂਡੈਂਟਾਂ ਦਾ ਨੰਬਰ ਬਹੁਤ ਬਹੁਤ ਜ਼ਿਆਦਾ ਹਨ ਉਹ ਕੋਈ ਮਾਇਨੇ ਨਹੀਂ ਰੱਖਦਾ ਹੈਗਾ ਮਾਇਨੇ ਇਹ ਰੱਖਦਾ ਹੈ ਕਿ ਤੂੰ ਕੀ ਤੁਹਾਡਾ ਫਿਜ਼ੀਕਲ ਜਿਹੜਾ ਤੁਸੀਂ ਕਰਨ ਯੋਗੇ ਹੋ ਫਿਜ਼ੀਕਲ ਤੁਹਾਡਾ ਕਲੀਅਰ ਹੁੰਦਾ ਹੈ ਠੀਕ ਹੈ ਰੇਸ ਤੁਸੀਂ 6 ਮਿੰਟ ਤੋਂ ਪਹਿਲਾਂ ਪਹਿਲਾਂ 6:30 ਜਾਂ 6 ਵੀ ਵਿੱਚ ਕਵਰ ਕਰ ਪਾਉਂਦੇ ਹੋ ਜਾਂ ਨਹੀਂ ਠੀਕ ਹੈ ਉਹ ਮੇਨ ਰੋਲ ਪਲੇ ਕਰੇਗਾ ਠੀਕ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟ ਹੈ 70 ਪਲੱਸ ਨੰਬਰ ਹਨ ਪਰ ਉਹ 70 ਪਲੱਸ ਨੰਬਰ ਜ਼ੀਰੋ ਹੈ ਜੇਕਰ ਤੁਸੀਂ ਫਿਜ਼ੀਕਲ ਨਹੀਂ ਹੁੰਦਾ ਚਾਹੇ ਤੁਹਾਡੇ ਨੰਬਰ 50 ਵੀ ਬਣਦੇ ਆ ਜੇਕਰ ਤੁਸੀਂ ਫਿਜ਼ੀਕਲ ਚੰਗੀ ਤਰ੍ਹਾਂ ਮਤਲਬ ਕਿ ਤੁਸੀਂ ਕਲੀਅਰ ਕਰਦੇ ਹੋ ਆਪਣਾ ਡੇਲੀ ਰੁਟੀਨ ਵਿੱਚ ਤਾਂ ਉਹ 50 ਨੰਬਰ ਤੁਹਾਡੇ ਲਈ ਤੁਹਾਡਾ ਮਤਲਬ ਕਿ ਇਹ 50 ਨੰਬਰ ਹੀ ਤੁਹਾਨੂੰ ਨੌਕਰੀ ਦਿਵਾ ਸਕਦੇ ਆ ਜੇਕਰ ਤੁਸੀਂ ਫਿਜ਼ੀਕਲ ਕਲੀਅਰ ਕਰਨ ਯੋਗ ਹੀ ਹੈਗੇ ਆਂ ਕਰਕੇ ਜਿਹੜੇ ਸਟੂਡੈਂਟ ਰਿਜ਼ਲਟ ਬਾਰੇ ਬਾਰ ਬਾਰ ਫੋਨ ਕਾਲ ਕਰ ਰਹੇ ਹੋ ਇਸ ਕੰਮ ਨੂੰ ਛੱਡ ਕੇ ਸਿਰਫ ਤੇ ਸਿਰਫ ਆਪਣਾ ਫਿਜ਼ੀਕਲ ਤੇ ਧਿਆਨ ਦਿਓ ਸਵੇਰੇ ਤੇ ਸ਼ਾਮ ਪੂਰੀ ਪ੍ਰੈਕਟਿਸ ਕਰੋ ਠੀਕ ਹੈ ਦਿਨ ਰਾਤ ਪੂਰੀ ਜਿਹੜੀ ਮਿਹਨਤ ਕਰੋ ਤਾਂ ਕਿ ਜਿਹੜੇ 6-7 ਦਿਨ ਵਿੱਚ ਇਹ ਜਿਹੜਾ 16 ਤਰੀਕ ਜੋ ਇਹਨਾਂ ਨੇ ਮਿਥੀ ਹੋਈ ਹੈ ਬਿਲਕੁਲ ਐਗਜ਼ੈਕਟ ਡੇਟ ਨੂੰ ਜਿਹੜਾ ਫਿਜ਼ੀਕਲ ਸ਼ੁਰੂ ਹੁੰਦਾ ਹੈ ਤਾਂ ਤੁਸੀਂ ਚੰਗੀ ਤਰ੍ਹਾਂ ਫਿਜ਼ੀਕਲ ਦੀ ਤਿਆਰੀ ਕਰ ਤੋ ਜਿਹੜਾ ਫਿਜ਼ੀਕਲ ਆਪਣਾ ਸਕੋ ਠੀਕ ਹੈ ਹੁਣ ਰਹੀ ਗੱਲ ਵਾਟੈਂਡਰ ਦੀ ਜਿਨ੍ਹਾਂ ਨੇ ਵਾਟੈਂਡਰ ਦਾ ਪੇਪਰ ਭਰਿਆ ਹੋਇਆ ਹੈ 14 ਨਵੰਬਰ ਨੂੰ ਤੁਹਾਨੂੰ ਪਤਾ ਹੈ ਪੇਪਰ ਹੈ ਠੀਕ ਹੈ ਆਪਾਂ ਨੇ ਤੁਹਾਡੇ ਲਈ 5 ਮੌਕ ਟੈਸਟ ਤਿਆਰ ਕੀਤੇ ਹੋਏ ਨੇ 5 ਮੌਕ ਟੈਸਟ ਤੁਹਾਨੂੰ ਸਿਰਫ ਤੇ ਸਿਰਫ 149 ਰੁਪਏ ਵਿੱਚ ਮਿਲ ਰਹੇ ਹਨ ਉੱਪਰ ਦਿੱਤੇ ਨੰਬਰ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ 9041815272 ਇੱਥੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਠੀਕ ਹੈ 5 ਮੌਕ ਟੈਸਟ ਜਿਹੜੇ ਤੁਹਾਨੂੰ ਸਿਰਫ ਜਿਹੜੇ 5 ਮੌਕ ਟੈਸਟ ਹੈ ਇਹਨਾਂ ਦੀ ਅਸੀਂ ਪੇਮੈਂਟ ਦਾ ਉੱਤੇ ਤੋਂ ਲੈ ਰਹੇ ਹਾਂ 150 ਰੁਪਏ ਠੀਕ ਹੈ ਬਾਕੀ ਥਿਊਰੀ ਪਲੱਸ ਐਮਸੀਕਿਊ ਠੀਕ ਹੈ ਤਾਂ ਕਿ ਤੁਸੀਂ ਇਸ ਤੋਂ ਪੜ ਸਕੋ ਸਿਰਫ ਤੇ ਸਿਰਫ ਅਸੀਂ ਪੰਜ ਮੌਕ ਟੈਸਟਾਂ ਦੀ ਪੇਮੈਂਟ ਲੈ ਰਹੇ ਹਾਂ ਤੁਹਾਡੇ ਤੋਂ 150 ਰੁਪਏ ਬਹੁਤ ਵਧੀਆ ਤਰੀਕੇ ਨਾਲ ਮੌਕ ਟੈਸਟ ਤਿਆਰ ਕੀਤੇ ਗਏ ਹਨ ਤਾਂ ਕਿ ਤੁਹਾਡੀ ਵਧੀਆ ਤਰੀਕੇ ਨਾਲ ਤਿਆਰੀ ਹੋ ਜਾਵੇ ਠੀਕ ਹੈ 7 ਤੋਂ 8 ਦਿਨ ਰਹਿ ਗਏ ਨੇ ਸਿਰਫ ਠੀਕ ਹੈ 7 8 ਵੀ ਨਹੀਂ 6 7 ਦਿਨ ਹੀ ਰਹਿ ਗਏ ਨੇ ਤਕਰੀਬਨ ਤੁਹਾਡੇ ਵਾਟ ਐਂਡ ਦੇ ਪੇਪਰ ਦੇ ਲਈ ਠੀਕ ਹੈ ਡੇਲੀ ਇੱਕ ਮੋਕ ਟੈਸਟ ਜ਼ਰੂਰ ਦਿਵੋ ਠੀਕ ਹੈ ਸਾਡੇ ਤੋਂ ਨਹੀਂ ਚਾਹੇ ਕਿਸੇ ਤੋਂ ਵੀ ਮੋਕ ਟੈਸਟ ਤੁਸੀਂ ਖਰੀਦ ਸਕਦੇ ਹੋ ਜਿੱਥੇ ਤੁਹਾਨੂੰ ਸੂਟੇਬਲ ਲੱਗਦਾ ਹੈ ਪਰੰਤੂ ਡੇਲੀ ਇੱਕ ਮੋਕ ਟੈਸਟ ਜ਼ਰੂਰ ਦਿਵੋ ਤਾਂ ਕਿ ਤੁਹਾਡੀ ਮੋਕ ਟੈਸਟ ਦੇ ਨਾਲ ਤੁਹਾਡੀ ਪ੍ਰੈਕਟਿਸ ਚੰਗੀ ਤਰ੍ਹਾਂ ਹੋ ਜਾਵੇ ਤੇ ਤੁਸੀਂ ਪੇਪਰ ਵਿੱਚ ਜਾ ਕੇ ਵਧੀਆ ਕਾਰਗੁਜ਼ਾਰੀ ਕਰੋ ਠੀਕ ਹੈ ਇਸ ਕਰਕੇ ਡੇਲੀ ਇੱਕ ਮੋਕ ਟੈਸਟ ਦਿਵੋ ਉਸ ਮੋਕ ਟੈਸਟ ਨੂੰ ਕਰਨ ਤੋਂ ਬਾਅਦ ਦੂਜੇ ਦਿਨ ਦੇਖੋ ਉਸ ਮੋਕ ਟੈਸਟ 'ਚ ਤੁਹਾ ਪੂਰੀ ਐਗਜ਼ਾਮ ਤੇ ਚੰਗੀ ਤਰ੍ਹਾਂ ਪੱਕਾੜ ਬਣ ਜਾਵੇ ਠੀਕ ਹੈ ਮੌਕ ਟੈਸਟ ਲਈ ਉਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਅੱਜ ਦੀ ਵੀਡੀਓ ਚੰਨਾਈ ਧੰਨਵਾਦ